ਫੋਨ ਪਿੱਛੇ ਮੇਰਾ ਜੋ ਸੁਪਨਾ ਮੇਰੇ ਸ਼ਹਿਰ ਨੰਗਲ ਦੇ ਲਈ ਉਹ ਪੂਰਾ ਹੋਣ ਜਾ ਰਿਹਾ ਤਕਰੀਬਨ ਪਿਛਲੇ 6 ਸਾਲਾਂ ਤੋਂ ਇੱਕ ਲੰਬਾ ਸੰਤਾਪ ਨੰਗਲ ਦੇ ਸ਼ਹਿਰ ਵਾਸੀ ਆਸ ਪਾਸ ਦੇ ਪਿੰਡਾਂ ਦੇ ਲੋਕ ਅਤੇ ਨੰਗਲ ਦੇ ਵਿੱਚੋਂ ਗੁਜ਼ਰਨ ਵਾਲੇ ਰੋਜ਼ਾਨਾ ਦੇ ਹਜ਼ਾਰਾਂ ਉਹ ਲੋਕ ਜੋ ਹਿਮਾਚਲ ਤੋਂ ਪੰਜਾਬ ਤੋਂ ਵਾਇਆ ਨੰਗਲ ਹੋ ਕੇ ਜਾਂਦੇ ਆ ਪਿਛਲੇ 6 ਸਾਲਾਂ ਤੋਂ ਲੰਬਾ ਸੰਤਾਪ ਕਈ ਘੰਟੇ ਉਹਨਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਉਸਦਾ ਜਿਹੜਾ ਮੁਕੰਮਲ ਹੈ ਇਸ ਫਲਾਈਓਵਰ ਦਾ ਇੱਕ ਪਾਸਾ ਅੱਜ ਲੋਕ ਅਰਪਣ ਕੀਤਾ ਜਾ ਰਿਹਾ ਇਸ ਦੇ ਨਾਲ ਫੌਰੀ ਤੌਰ 'ਤੇ ਬਹੁਤ ਵੱਡੀ ਰਾਹਤ ਮਿਲੂਗੀ ਦੂਜਾ ਪਾਸਾ ਵੀ ਦਿਨ ਰਾਤ ਉੱਤੇ ਕੰਮ ਚੱਲ ਰਿਹਾ 1.5 ਤੋਂ 2 ਮਹੀਨੇ 'ਚ ਉਹ ਵੀ ਅਸੀਂ ਲੋਕ ਅਰਪਣ ਕਰ ਦਾਂਗੇ ਇਸ ਤੋਂ ਅਗਲਾ ਫਲਾਈਓਵਰ ਵੀ ਜਿਹੜਾ ਤਿਆਰ ਹੈ ਅਤੇ ਅੱਜ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਸਾਡੇ ਸਾਰਿਆਂ ਲਈ ਤੁਸੀਂ ਸਭ ਨੇ ਦੇਖਿਆ ਕਿ ਇਸ ਫਲਾਈਓਵਰ ਨੂੰ ਅੱਜ ਇਸ ਮੁਕਾਮ 'ਤੇ ਪਹੁੰਚਿਆ ਉਹਦੇ ਵਿੱਚ ਬਹੁਤ ਲੰਬਾ ਯਤਨ ਕਰਨਾ ਪਿਆ ਸੰਘਰਸ਼ ਕਰਨਾ ਪਿਆ ਪਰਮਿਸ਼ਨਾਂ ਰੇਲਵੇ ਤੋਂ ਵੱਖ ਵੱਖ ਮਹਿਕਮਿਆਂ ਤੋਂ ਡਿਜ਼ਾਈਨ ਚੇਂਜ ਯਾਨੀ ਇੱਦਾਂ ਦੇ ਹਾਲਾਤ ਲੱਗਦੇ ਸੀ ਕਈ ਹੋਰ ਸਾਲ ਲੱਗਣ ਦੇ ਇੱਥੇ ਹਾਲਾਤ ਲੱਗਦੇ ਸੀ ਬੇਸ਼ੁਮਾਰ ਮੀਟਿੰਗਾਂ ਮੇਰੇ ਵੱਲੋਂ ਚੰਡੀਗੜ੍ਹ ਇਸ ਫਲਾਈਓਵਰ ਦੇ ਉੱਤੇ ਖੁਦ ਅਤੇ ਮੈਨੂੰ ਯਾਦ ਹੈ ਤੁਸੀਂ ਸਾਰੇ ਵੀ ਸੀਗੇ ਦੇਰ ਰਾਤ ਤੱਕ ਆਪਾਂ ਇਸਦਾ ਲੈਂਟਰ ਪਵਾ ਕੇ ਅੱਜ ਇਸ ਮੁਕੰਮਲ ਅੱਜ ਇਸ ਦਿਨ 'ਤੇ ਪਹੁੰਚੇ ਹਾਂ ਅੱਜ ਇਸ ਤੋਂ ਲੋਕ ਅਰਪਣ ਕਰ ਦਾਂਗੇ ਜੀ ਜਿਹੜਾ ਚੰਡੀਗੜ੍ਹ ਤੋਂ ਇਸ ਪਾਸੇ ਵਾਲਾ ਫਲਾਈਓਵਰ ਟ੍ਰੈਫਿਕ ਹੈ ਉਹ ਸ਼ੁਰੂ ਕਰ ਦਿੱਤਾ ਜਾਊਗਾ 2-3 ਦਿਨਾਂ ਦੇ ਵਿੱਚ ਹੀ ਟ੍ਰੈਫਿਕ ਐਕਸਪਰਟ ਹੈ ਜਿਹੜੇ ਪੰਜਾਬ ਦੇ ਉਹ ਵਿਜ਼ਿਟ ਕਰਨਗੇ ਅਤੇ ਅਗਰ ਉਹਨਾਂ ਦੀ ਸਹਿਮਤੀ ਬਣਦੀ ਹੈ ਤਾਂ ਦੋਨੋਂ ਪਾਸੇ ਹੀ ਟ੍ਰੈਫਿਕ ਇੱਥੇ ਚਲਾਇਆ ਜਾਊਗਾ ਕਿਉਂਕਿ ਅਸੀਂ ਬਸ ਇੰਨੀ ਕੁ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਕਿ ਨਵਾਂ ਫਲਾਈਓਵਰ ਹੈ ਅਤੇ ਕਿਉਂਕਿ ਮੰਨਿਆ ਤੁਸੀਂ ਜਾਮ ਪਰ ਹੁਣ ਬਹੁਤ ਧਿਆਨ ਦੇ ਨਾਲ ਅਸੀਂ ਨਹੀਂ ਚਾਹੁੰਦੇ ਕੋਈ ਵੀ ਇਹਦੇ 'ਤੇ ਹਾਦਸਾ ਹੋਵੇ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਮਾਤਾ ਰਾਣੀ ਦੇ ਚਰਨਾਂ 'ਚ ਅਰਦਾਸ ਕਰਕੇ ਇਸ ਨੂੰ ਅਸੀਂ ਲੋਕ ਅਰਪਣ ਕਰਨ ਲੱਗੇ ਹਾਂ ਸੈਕਿੰਡ ਫਲਾਈਓਵਰ ਜਿਹੜਾ ਅਗਲੇ ਵਾਲਾ ਹੈ ਬਨਵੇ ਸਿੰਘ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਵੀ ਜਿਹੜਾ ਹੈ 2 ਹਫ਼ਤੇ ਹੋਰ ਲੱਗਣਗੇ ਉਹਨਾਂ ਦੇ ਕੁਛ ਜਿਹੜੇ ਫਾਈਨਲ ਸੇਫਟੀ ਅਪਰੂਵਲਸ ਕੁਛ ਉੱਥੇ ਬੋਰਡ ਕੁਛ ਸੇਫਟੀ ਸਾਈਨ ਕੁਛ ਉਹ ਲੱਗਣੇ ਆ ਅਤੇ ਇੱਕ ਹੋਰ ਮੇਰੇ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਸੀ ਇਲੈਕਸ਼ਨਾਂ ਤੋਂ ਪਹਿਲਾਂ ਉਹ ਸੀਗਾ ਖੂਨੀ ਚੌਂਕ ਦਾ ਜਿਹੜਾ ਪ੍ਰੇਰੀ ਤੌਰ ਦੇ ਉੱਤੇ ਇੱਕ ਛੋਟਾ ਰਾਊਂਡ ਅਬਾਊਟ ਅਜੇ ਰਮਨ ਨਾਲ ਬਣਾ ਦਾਂਗੇ ਅਸੀਂ 4-5 ਮਹੀਨੇ 'ਚ ਨਵਾਂ ਕੰਮ ਸ਼ੁਰੂ ਹੋ ਰਿਹਾ ਜਿਹੜਾ ਗੰਗੂਵਾਲ ਤੋਂ ਲੈ ਕੇ ਉੱਥੋਂ ਜਿਹੜੀ ਹੈ 4-ਲੇਨਿੰਗ ਰੋਡ ਆ ਰਹੀ ਹੈ ਉਹਦੇ ਵਿੱਚ ਜਵਾਹਰ ਮਾਰਕੀਟ ਵਾਲੇ ਕੋਲੋਂ ਵੀ ਡਬਲ ਕਰ ਰਹੇ ਹਾਂ ਇੱਕੋ ਵੀ ਅਸੀਂ ਜਿਹੜਾ ਸਿੱਧਾ ਰਸਤਾ ਕੱਢ ਦਾਂਗੇ ਅਤੇ ਉਹਦੇ ਵਿੱਚ ਕੀ ਹੈ ਸ਼ਿਵਾਲਿਕ ਐਵੀਨਿਊ ਦੇ ਥੱਲੇ ਇੱਕ ਅੰਡਰਪਾਸ ਦੇ ਰਹੇ ਹਾਂ ਜਿਹੜਾ ਹਾਈਵੇ ਵਾਲਾ ਟ੍ਰੈਫਿਕ ਹੈ ਉਹ ਸਿੱਧਾ ਨਿਕਲ ਜਾਇਆ ਕਰੂਗਾ ਸ਼ਹਿਰ ਵਾਲਾ ਉੱਤੋਂ ਕ੍ਰੋਸ ਕਰੂਗਾ ਬਹੁਤ ਸੋਹਣਾ ਦੇਖੋ ਦਾ ਡਿਜ਼ਾਈਨ ਬਣਾ ਰਹੇ ਹਾਂ ਤਾਂ ਪਰ ਉਹ 5-6 ਮਹੀਨੇ ਹਜੇ 8 ਮਹੀਨੇ ਉਸ ਨੂੰ ਲੱਗ ਸਕਦੇ ਉਦੋਂ ਤੱਕ ਇਹੀ ਹੈ ਕਿ ਬਹੁਤ ਧਿਆਨ ਦੇ ਨਾਲ ਆਪਾਂ ਉਸ ਚੌਂਕ ਦੇ ਵੀ ਡਰਮਸ ਰੱਖ ਕੇ ਅਸੀਂ ਟ੍ਰੈਫਿਕ ਐਕਸਪਰਟ ਬੋਰਡ ਜ਼ੇਬਰਾ ਕ੍ਰੋਸਿੰਗ ਜੋ ਵੀ ਅਸੀਂ ਰੱਖ ਸਕਦੇ ਉਹ ਕਰਾਂਗੇ ਅਤੇ ਅੱਜ ਮੈਂ ਜਿੰਨਾ ਆਪ ਸਾਰੇ ਮੀਡੀਆ ਦੇ ਸਾਰੇ ਸਾਥੀਆਂ ਦਾ ਨੰਗਲ ਦੇ ਮੈਂ ਪਿੱਛੇ ਜੇ ਜਨਮਾਸ਼ਟਮੀ ਵਾਲੇ ਦਿਨ ਮੈਂ ਸਾਰੀ ਰਾਤ ਉਸ ਦਿਨ ਸ਼ਹਿਰ 'ਚ ਸੀਗਾ ਅਤੇ ਸ਼ਹਿਰ ਦੇ ਲੋਕਾਂ ਨੇ ਵੀ ਇਸ ਗੱਲ ਨੂੰ ਮੰਨਿਆ ਬਜ਼ੁਰਗਾਂ ਨੇ ਮਾਤਾਵਾਂ ਨੇ ਭੈਣਾਂ ਨੇ ਕਿ ਪਿਛਲੇ ਕੁਛ ਮਹੀਨਿਆਂ 'ਚ ਬਹੁਤ ਜ਼ਬਰਦਸਤ ਕੰਮ ਹੋਇਆ ਉਹਨਾਂ ਸਭ ਦੇ ਆਸ਼ੀਰਵਾਦ ਸਦਕਾ ਇੱਥੇ ਪਹੁੰਚੇ ਹਾਂ ਅਤੇ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਦਿਲੋਂ ਧੰਨਵਾਦ ਤੁਹਾਡਾ ਸਬਰ ਤੁਸੀਂ ਬਣਾਈ ਰੱਖਿਆ ਵਿਸ਼ਵਾਸ ਬਣਾਈ ਰੱਖਿਆ ਬਹੁਤ ਸਾਰਾ ਕੁਛ ਬਹੁਤ ਸੰਤਾਪ ਭੋਗਣਾ ਪਿਆ